ਪ੍ਰੋਫੈਸਰ ਅਬਦੁਲ ਕੁਰੇਸ਼ੀ ਹਰੀਪੁਰ ਦਾ ਜਾਣਾ ਪਛਾਣਾ ਦਾ ਪ੍ਰੋਫੈਸਰ ਵਾਲਮੀ ਦਾ ਪੇਸ਼ਾ ਗਵਰਨਮੈਂਟ ਪੋਸਟ ਗ੍ਰੈਜੂਏਟ ਕਾਲਜ ਹੈ ਫਿਜ਼ਿਕਸ ਦੇ ਉਸਤਾਦ ਗੱਲਬਾਤ ਕਰਸਿੰਗ ਦਾ ਪਿਤਾ ਜੀ ਦੇ ਵਾਲੇ ਨਾਲ ਪ੍ਰੋਫੈਸਰ ਵਹੀਦ ਕੁਰੇਸ਼ੀ ਮੈਂ ਦੇਖਿਆ ਕਿ ਪੁਰਾਣੀਆਂ ਗੱਲਾਂ ਆਪਣੀ ਸਕਾਫਤ ਦਾ ਜਿਹੜਾ ਉਸਦੇ ਬਾਰੇ ਪੁਰਾਣੀ
ਨੌਜਵਾਨ ਕਿਸ ਤਰ੍ਹਾਂ ਨੂੰ ਬੋਲਣ ਤੁਸੀਂ ਅਗਰ ਚਾਹੁੰਦੇ ਹੋ ਕਿ ਇੱਦਾਂ ਨੌਜਵਾਨ ਜਿਹੜਾ ਹੈ ਅੱਜ ਕੰਪਿਊਟਰ ਏਦਾਂ ਇੱਥੇ ਸਾਇੰਸ ਐਂਡ ਟੈਕਨੋਲੋਜੀ ਦੇ ਵੀ ਇੱਦਾਂ ਨੌਜਵਾਨ ਜਿਹੜਾ ਹੈ ਉਹ ਅਗਰ 100 ਸਾਲ ਪਹਿਲੇ ਦੇ ਅਲਫਾਜ਼ ਬੋਲੇ ਇਹ ਨਹੀਂ ਹੋ ਸਕਦਾ ਇਹ ਪਾਸੀਬਲ ਨਹੀਂ ਮੁਮਕਿਨ ਨਹੀਂ ਤੁਸੀਂ ਉਹ ਜਿਹੜਾ ਬੱਚਾ ਅੱਜ ਦੀ ਜਿਹੜੀ ਸਾਡੀ ਜਨਰੇਸ਼ਨ ਹੈ ਸਾਡੇ ਤੋਂ ਪਹਿਲੇ ਦੀ ਜਨਰੇਸ਼ਨ ਹੈ ਉਹ ਆਪਣੀ ਜ਼ੁਬਾਨ ਬੋਲਸੀ ਆਪਣੇ ਐਦ ਦੀ ਜ਼ੁਬਾਨ ਬੋਲਸੀ ਆਪਣੇ ਐਦ ਦੇ ਜਿਹੜੇ ਅਲਫਾਜ਼ ਨੇ ਜਿਹੜੇ ਅਵੇਲੇਬਲ ਨੇ ਜਿਹਨਾਂ ਨੂੰ ਉਹ ਅਸ਼ਨਾ ਹੈ ਉਹ ਬੋਲ ਸਕਦੇ ਤੁਸੀਂ ਅਗਰ ਅਗਰ ਮੇਰੇ ਦਾਦਾ ਜਿਹੜੇ ਉਹ ਬਰਾਂਡੇ ਪਸਾਰ ਰੱਖਦੇ ਉਸ ਵਕਤ ਠੀਕ ਹੈ ਔਰ ਮੈਂ ਜਿਸ ਵਕਤ ਮਤਲਬ ਬੱਚਾ ਹੈ ਜਵਾਨ ਹੈ ਮੈਂ ਬਰਾਂਡਾ ਹੁਣ ਅੱਜ ਕੱਲ੍ਹ ਜੋ ਬੱਚੇ ਜਿਹੜੇ ਬਰਾਂਡੇ ਤੋਂ ਵਾਪਸ ਨੇ ਉਹ ਕਾਰੀਡੋਰ ਆਪ ਸੀ ਜਾਂ ਹੋਰ ਕੋਈ ਲਫ਼ਜ਼ ਇਸਤੇਮਾਲ ਕਰ ਸੀ ਔਰ ਉਸ ਨੇ ਇਸ ਦੀ ਇਜਾਜ਼ਤ ਹੋਣੀ ਚਾਹੀਦੀ ਇਹ ਅਗਰ ਅਸੀਂ ਹਿੰਦੂ ਦੀ ਫਰੋਗ ਦੀਆਂ ਜਿੰਨੀਆਂ ਕੋਸ਼ਿਸ਼ਾਂ ਵੀ ਕਰਨੀਆਂ ਉਸ ਵਿੱਚ ਸਾਨੂੰ ਗੌਰ ਨਹੀਂ ਕੀਤਾ ਮੈਂ ਇੱਕ ਗੁਜ਼ਾਰਿਸ਼ ਕਰ ਸਕਦਾ ਨਾਰਾ ਬੋਰਡ ਦੇ ਔਰ ਜਿੰਨੇ ਵੀ ਲੋਕ ਰਾਈਟਰ ਬੈਠੇ ਨੇ ਉਹ ਇਸ ਪਾਲਿਸੀ ਤੇ ਨਜ਼ਰਸਾਨੀ ਕਰਨ ਇਹ ਬੜਾ ਅਹਿਮ ਮਸਲਾ ਹੈ ਕਿ ਅਸੀਂ ਸਾਡਾ ਮੋਹ ਤੋਂ ਪਿੱਛੇ ਹੋਏ ਔਰ ਅਸੀਂ ਟੁਰਨੇ ਅੱਗੇ ਹੋ ਜਾਂ ਅਸੀਂ ਘੋੜੇ ਆ ਸਾਡੇ ਟਾਂਗੇ ਦੇ ਪਿੱਛੇ ਬਦਲ ਜਬਕਿ ਟਾਂਗਾ ਘੋੜਾ ਅੱਗੇ ਹੋਣਾ ਚਾਹੀਦਾ ਇਹ ਪੁਰਾਣੀਆਂ ਗੱਲਾਂ ਅਗਰ ਤੁਸੀਂ ਚਾਹੁੰਦੇ ਹੋ ਇਕਤਸਾਦੀ ਤਰੱਕੀ ਦੀ ਗੱਲ ਕਰਦੇ ਹੋ ਇਕਤਸਾਦੀ ਤਰੱਕੀ ਔਰ ਸਕਾਫਤ ਦੀ ਜਿਹੜੀ ਹੈ ਉਸ ਨਾਲ ਸਮੇਂ ਜਾਮਤ ਚੀਜ਼ ਨਹੀਂ ਬਣਾਉਂਦੇ ਉਸ ਨਾਲ ਸਮੇਂ ਵਕਤ ਦੇ ਤਕਾਜ਼ੇ ਜਿਹੜੇ ਨੇ ਚੇਨਿੰਗ ਰਿਐਲਿਟੀ ਜਿਹੜੀਆਂ ਨੇ ਉਹਨਾਂ ਦੇ ਨਾਲ ਨਾਲ ਚੱਲਣਾ ਹੋ ਸਕਦਾ ਵਰਨਾ ਇਹ ਜ਼ਬਾਨ ਕਦੇ ਤਰੱਕੀ ਨਹੀਂ ਕਰ ਸਕਦੀ ਇਹ ਮੇਰੀ ਗੁਫ਼ਤਗੂ ਇੱਕ ਤੁਸੀਂ ਜੇ ਕ੍ਰਿਟਿਕ ਸਮਝੋ ਲੇਕਿਨ ਮੇਰੀ ਗੁਜ਼ਾਰਿਸ਼ ਹੈ ਕਿ ਆਪਣੇ ਮਾਹਰੀਨ ਬੈਠੋ ਉਸ ਤੇ ਗੌਰ ਕਰਨ ਔਰ ਇੱਕ ਐਸਾ ਲਾਇਆ ਹੋ ਵਿਚਾਰ ਕਰਨ ਕਿ ਜਿਹੜਾ ਹਿੰਦੂ ਦਾ ਜਿਹੜਾ ਵਰਗ ਹੈ ਵਰਬਲ ਸਟਰਕਚਰ ਹੈ ਉਸ ਤੇ ਤਵੱਜੋ ਦਿਓ ਔਰ ਪੁਰਾਣੇ ਅਲਫਾਜ਼ ਜਿਹੜੇ ਨੇ ਉਹਨਾਂ ਤੇ ਤੁਸੀਂ ਫੋਕਸ ਨਾ ਕਰੋ ਕਿਉਂਕਿ ਪੁਰਾਣੇ ਅਲਫਾਜ਼ ਜਿਹੜੇ ਮਜ਼ਬੂਤ ਮਜ਼ਬੂਤ ਹੋ ਚੁੱਕੇ ਨੇ ਦੁਨੀਆ ਦੀ ਕਿਸੇ ਜ਼ਬਾਨ ਉੱਤੇ ਮਜ਼ਬੂਤ ਅਲਫਾਜ਼ ਹੁੰਦੇ ਨੇ ਉਹਨਾਂ ਮਤਲੂ ਕਿਆ ਕੇ ਜੁਲਦਾ ਹੈ ਔਰ ਮਤਲੂ ਕਿਸੇ ਇਸ ਤਰ੍ਹਾਂ ਦੇ ਨੇ ਉਹਨਾਂ ਦੁਬਾਰਾ ਇਸ ਵਕਤ ਦੇ ਜੁਲਣ ਦੀ ਜ਼ਰੂਰਤ ਬਾਕੀ ਨਹੀਂ ਹੈ ਔਰ ਅਸੀਂ ਅਗਰ ਸਾਰੇ ਲੋਕ ਲੱਗ ਕੇ ਉਹਨਾਂ ਹੀ ਪੁਰਾਣੀਆਂ ਅਲਫਾਜ਼ਾਂ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਨੀ ਹੈ ਔਰ ਉਸ ਵਿੱਚ ਆਪਣਾ ਵਕਤ ਜ਼ਾਇਆ ਕਰਨਾ ਹੈ ਔਰ ਪੁਰਾਣੇ ਰਸਮੋ ਰਿਵਾਜ਼ ਜਿਹੜੇ ਨੇ ਉਹ ਵੀ ਜ਼ਰੂਰੀ ਨਹੀਂ ਯਾਨੀ ਅੱਜ ਦੀ ਜ਼ਰੂਰਤ ਇਹ ਨਹੀਂ ਕਿ ਇੱਕ ਆਦਮੀ ਦੀ ਸ਼ਾਦੀ ਹੁੰਦੀ ਅਤੇ ਮਿਰਾਜ ਜਿਹੜਾ ਹੈ ਉਹ ਲਾਜ਼ਮੀ ਹੈ ਕਿ ਜੁਲ ਕੇ ਉਹ ਗ੍ਰਾਈਂ ਦੀ ਛਲਛੋਬੀ ਜੁਲ ਕੇ ਜਾਂ ਜੁਲ ਕੇ ਨਾੜੇ ਦੀ ਜੁਲ ਕੇ ਨਾ ਕੇ ਆਵੇ ਅਗਰ ਘਰ ਉੱਤੇ ਬਾਥਰੂਮ ਮੌਜੂਦ ਹੈ ਤੁਸੀਂ ਘਰ ਹੀ ਆਉਣਾ ਚਾਹੀਦਾ ਔਰ ਐਸੀ ਕੋਈ ਚੀਜ਼ ਨਹੀਂ ਮਤਲਬ ਇਤਨੀਆਂ ਰਸਮਾਂ ਉਸ ਵਕਤ ਠੀਕ ਹੈ ਲੇਕਿਨ ਅੱਜ ਅਸੀਂ ਅਗਰ ਉਹਨਾਂ ਰਸਮਾਂ ਦੁਬਾਰਾ ਜ਼ਿੰਦਾ ਕਰਨਾ ਚਾਹੁੰਦੇ ਇਸ ਦਾ ਮਤਲਬ ਹੈ ਕਿ ਅਸੀਂ ਤਰੱਕੀ ਨੂੰ ਮੁਹਾਲਫ ਸੀ ਲਿਹਾਜ਼ਾ ਇਕਤਸਾਦੀ ਤਰੱਕੀ ਦੇ ਲਈ ਉਸ ਵਾਸਤੇ ਤਰੱਕੀ ਅਤੇ ਤਰੱਕੀ ਦੇ ਅਮਗੀਰ ਸੀ ਤੁਸੀਂ ਅਗਰ ਮਤਲਬ ਬਾਕੀ ਤਰੱਕੀ ਦੀਆਂ ਗੱਲਾਂ ਕਰੋ ਇਕਤਸਾਦੀਆਤ ਦੀ ਗੱਲ ਨਹੀਂ ਕਰੋ ਹੁਣ ਇਹ ਚਾਨਾ ਕਾਰੀਡੋਰ ਦਾ ਮਸਲਾ ਹੈ ਇਸ ਇਸ਼ੂ ਤੇ ਗੱਲ ਹੋਣੀ ਚਾਹੀਦੀ ਹੈ ਚਾਨਾ ਕਾਰੀਡੋਰ ਜ਼ਾਹਿਰ ਸ਼ੁਰੂ ਤੇ ਜ਼ਾਹਿਰ ਨਹੀਂ ਹੋ ਸਕੀ ਉਸ ਦੀ ਕੀ ਪਾਲਿਸੀ ਉਸ ਦੇ ਬਾਰੇ ਗੱਲ ਹੋਣੀ ਚਾਹੀਦੀ ਖਾਣੇ ਦੇ ਵਕਤ ਤੇ ਮੁਸਤਕਬਲ ਦੇ ਬਾਰੇ ਗੱਲ ਕਰੋ ਮਾਜ਼ੀ ਦੀ ਜੇ ਰਜ਼ਾਤ ਨੇ ਉਹਨਾਂ ਦੀ ਪੂਜਾ ਖਤਮ ਹੋਣੀ ਚਾਹੀਦੀ ਔਰ ਇਹ ਮੈਂ ਸਮਝਣਾ ਕਿ ਕੋਸ ਤੇ ਕਿ ਮناسب ਨਹੀਂ ਕਿ ਤੁਸੀਂ ਪੁਰਾਣੀਆਂ ਗੱਲਾਂ ਦੁਬਾਰਾ ਜ਼ਿੰਦਾ ਕਰੋ ਔਰ ਪੁਰਾਣੀਆਂ ਗੱਲਾਂ ਰਿਵਾਇਵ ਕਰੋ ਉਸ ਨਾਲ ਜ਼ਬਾਨ ਤਰੱਕੀ ਨਹੀਂ ਕਰ ਸਕਦੀ ਸਕਾਫਤ ਦੀ ਤਰੱਕੀ ਨਹੀਂ ਕਰ ਸਕਦੀ ਜਿਹੜੀਆਂ ਵਕਤ ਦੇ ਤਕਾਜ਼ੇ ਨੇ ਵਕਤ ਦੀ ਜਿਹੜੀ ਨਵੀਂ ਰਵਾਇਤ ਨੇ ਪੁਰਾਣੀਆਂ ਰਵਾਇਤ ਨੂੰ ਬੇਸ਼ੱਕ ਨਾ ਕਰੋ ਲੇਕਿਨ ਉਹਨਾਂ ਤੁਸੀਂ ਕਹਿ ਕੇ ਅੱਗੇ ਵਧੋ ਇਸ ਤਰ੍ਹਾਂ ਜ਼ਬਾਨ ਵੀ ਤਰੱਕੀ ਕਰ ਸਕੀ ਔਰ ਜਿਹੜਾ ਸਾਡਾ ਸਕਾਫਤ ਦੀ ਉਹ ਵੀ ਤਰੱਕੀ ਕਰ ਸਕੀ ਔਰ ਸਾਡੀ ਸਾਰੀ ਤਰੱਕੀ ਹੈ ਉਹ ਵੀ ਮੁਮਕਿਨ ਹੋ ਸਕੀ ਬਸ ਮੈਂ ਗੁਜ਼ਾਰਿਸ਼ ਹੀ ਔਰ ਗੁਜ਼ਾਰਿਸ਼ ਇਹ ਮੇਰੀ ਕਿ ਜਿਹੜੇ ਮਾਹਰੀਨ ਬੈਠੇ ਨੇ ਰਾਈਟਰਸ ਨੇ ਉਹ ਮੇਰੀ ਇਸ ਗੁਜ਼ਾਰਿਸ਼ 'ਤੇ ਬਹੁਤ ਜ਼ਰੂਰ ਕਰਨ ਔਰ ਗੰਦਾਰਾ ਜਿਹੜੀ ਕਿ ਉਹ ਇਹ ਪੁਰਾਣੀਆਂ ਗੱਲਾਂ ਕਰਨੀਆਂ ਸੋਚ ਕਿ ਨਵੇਂ ਐਦ ਦੀ ਗੱਲ ਕਰੋ ਆਉਣੇ ਦੇ ਵਕਤ ਦੀ ਗੱਲ ਕਰੋ ਨਵੀਂ ਜ਼ੁਬਾਨ ਦੀ ਗੱਲ ਕਰੋ ਇੱਕ ਬੱਚਾ ਅਗਰ ਸਿਰਫ ਇਹ ਹਫ਼ਤੇ ਮੈਂ ਪਾਣੀ ਪੀਣਾ ਤਾਂ ਕਾਫ਼ੀ ਔਰ ਇੱਕ ਆਦਮੀ ਅਗਰ ਹਫ਼ਤੇ ਮੈਂ ਬਰਾਂਡੇ 'ਚ ਬੈਠਾ ਤਾਂ ਕਾਫ਼ੀ ਇਹ ਜ਼ਰੂਰੀ ਨਹੀਂ ਕੋਈ ਵੀ ਆ ਕੇ ਮੈਂ ਪਸਾਰੇ 'ਚ ਬੈਠਾ ਅੱਜ ਪਸਾਰ ਮੌਜੂਦ ਨਹੀਂ ਅੱਜ ਤੁਸੀਂ ਤਾਜ਼ੇ ਤਾਗੀਰ ਦੇਖੋ ਕਿ ਅੱਜ ਪਸਾਰ ਮੌਜੂਦ ਹੀ ਨਹੀਂ ਅਤੇ ਜਿਹੜੀ ਚੀਜ਼ ਮੌਜੂਦ ਹੀ ਨਹੀਂ ਤੁਸੀਂ ਉਸ 'ਤੇ ਜ਼ੋਰ ਦਿੰਦੇ ਹੋ ਉਹ ਗੱਲ ਕੀਤੀ ਹੈ ਇਹ ਕਤਲ ਨਹੀਂ ਮੁਨਾਸਿਬ ਨੇ ਔਰ ਮੈਂ ਅੰਜਮਨ ਤਰੱਕੀ ਸਰ ਮੁਸਲਮਕੀਨ ਦੀ ਨੁਮਾਇੰਦਗੀ ਕੀਤੀ ਹੈ ਇਸ ਵਾਸਤੇ ਮੈਂ ਆਪਣੇ ਇੱਕ ਪਾਲਿਸੀ ਜਿਹੜੀ ਉਸ ਦੇ ਮੁਤਾਬਕ ਮੈਂ ਗੁਜ਼ਾਰਿਸ਼ਾਂ ਪੇਸ਼ ਕੀਤੀਆਂ ਔਰ ਮੈਂ ਉਮੀਦ ਹੈ ਕਿ ਇਸ 'ਤੇ ਗੌਰ ਖਾਸ ਤੌਰ 'ਤੇ